ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਮੈਂ ਡਾਕਟਰ ਚੰਪੀ ਸਿੰਘ ਏਡੀਓ ਖੇਤੀਬਾੜੀ ਤੇ ਕਿਸਾਨ ਭਾਈਪਾ ਪੰਜਾਬ ਆਪਣੇ YouTube ਤੇ Facebook ਚੈਨਲ ਫਾਰਮਿੰਗ ਟਿਪਸ ਬਾਈ ਚੰਪੀ ਸਿੰਘ ਦੇ ਵਿੱਚ ਆਪਦਾ ਬਹੁਤ-ਬਹੁਤ ਸਵਾਗਤ ਕਰਦਾ ਤੇ ਕਿਸਾਨ ਵੀਰੋ ਅੱਜ ਦਾ ਜਿਹੜਾ ਆਪਣਾ ਵੀਡੀਓ ਦਾ ਵਿਚਾਰ ਹੋਊਗਾ ਵੀ ਆਪਾਂ ਝੋਨੇ ਦੀ ਪ੍ਰੀਨੀ ਵਾਸਤੇ ਜਗਾ ਦੀ ਚੋਣ ਕਿਵੇਂ ਕਰਨੀ ਹੈ ਕਿਹੜੀ ਕਿਸਮ ਦਾ ਬਜਾਈ ਦਾ ਸਮਾਂ ਕੀ ਹੈ ਤੇ ਕਿੰਨੇ ਟਾਈਮ ਚ ਆਪਾਂ ਜਿਹੜੀ ਹੈਗੀ ਆਪਣੀ ਦੀ ਪਟਕੇ ਜਿਹੜੀ ਹੈਗੀ ਹੈ ਖੇਤ ਦੇ ਵਿੱਚ ਲਾਉਣੀ ਹੈ ਬੀ ਦੀ ਸੋਧ ਕਿਵੇਂ ਕਰਨੀ ਹੈ ਤੇ ਇਹਦੇ ਨਾਲ ਮੈਂ ਕਿਸਾਨ ਵੀਰੋ ਬੇਨਤੀ ਕਰਨਾ ਚਾਹੁੰਦਾ ਕੁਝ ਮੇਰੀ ਸੇ ਠੀਕ ਨਹੀਂ ਜੇਕਰ ਕੋਈ ਬੋਲਦੇ ਟਾਈਮ ਕੁਝ ਗਲਤੀ ਹੋ ਗਈ ਤਾਂ ਮੈਨੂੰ ਮਾਫ ਕਰਦੇ ਹੋ ਤੇ ਜਿਹੜੇ ਮੇਰੇ ਨਵੇਂ ਕਿਸਾਨ ਵੀ ਜੁੜੇ ਆ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਦਬਾ ਲਓ ਤਾਂ ਕਿ ਜਿਹੜੀ ਤੁਸੀਂ ਮੇਰੀਆਂ ਹਰ ਵੀਡੀਓਜ਼ ਦੇਖ ਸਕੋ ਸੋ ਕਿਸਾਨ ਵੀਰੋ ਆਪਾਂ ਗੱਲ ਕਰੀਏ ਸਭ ਤੋਂ ਪਹਿਲਾਂ ਗੱਲ ਕਰਾਂਗੇ ਜਿਹੜੀ ਹੈਗੀ ਹੈ ਪਨੀਰੀ ਦੀ ਜਿਹੜੀ ਜਗਾ ਦੀ ਚੋਣ ਆਪਾਂ ਕਿਵੇਂ ਕਰਨੀ ਹੈ ਇਹਦੇ ਲਈ ਕਿਸਾਨ ਵੀਰੋ ਜਿਵੇਂ ਕਿ ਮੈਂ ਪਿਛਲੀ ਵੀਡੀਓ ਵਿੱਚ ਦੱਸਿਆ ਸੀਗਾ ਜੇਕਰ ਆਪਾਂ ਜਿੱਥੇ ਕਿਤੇ ਚੁਲਸ ਰੋਗ ਆਉਂਦਾ ਪਨੀਰੀ ਨੂੰ ਤੇ ਉਹਦੇ ਵਿਚਾਲੀ ਆਪਾਂ ਪਨੀਰੀ ਨੂੰ ਛਾਵੇਂ ਤੇ ਤੂੜੀ ਦੇ ਕੁੱਪ ਕੋਲ ਆਪਾਂ ਕਿਸੇ ਹਾਲਤ 'ਚ ਨਹੀਂ ਬੀਜਣਾ ਇਹਨਾਂ ਚੀਜ਼ਾਂ ਤੋਂ ਦੂਰ ਰੱਖਣਾ ਤੇ ਇਹਦੇ ਨਾਲ ਆਪਾਂ ਇਹ ਵੀ ਖਿਆਲ ਰੱਖਣਾ ਵੀ ਜਿੱਥੇ ਆਪਾਂ ਪਨੀਰੀ ਬੀਜਣੀ ਹੈ ਉਹਦੇ ਨੀਚੇ ਕੰਕਰ ਨਾ ਹੋਣ ਤੇ ਨੰਦੀਨ ਨਦੀਨ ਰੇਤ ਹੋਣਾ ਚਾਹੀਦਾ ਤਾਂ ਕਿ ਜਿਹੜੇ ਹੈਗੇ ਆ ਬਾਅਦ ਚ ਆਪਾਂ ਨੂੰ ਨਦੀਨਾ ਹੀ ਸਮੱਸਿਆ ਨਾ ਆਵੇ ਤੇ ਜਿਹੜੇ ਮੇਰੇ ਵੀਰ ਮੈਟ ਟਾਈਪ ਪਨੀਰੀ ਬੀ ਦੇ ਆ ਉਹਦੇ ਲਈ ਜਿਹੜੀ ਹੈਗੀ ਆ ਆਪਣੀ ਦੀ ਜਗ੍ਹਾ ਟਿਊਬਲ ਤੇ درختਾਂ ਤੋਂ ਘੱਟੋ ਘੱਟ 20 ਮੀਟਰ ਦੀ ਆਪਾਂ ਦੂਰੀ ਤੇ ਰੱਖਣੀ ਹੈ ਹੁਣ ਆਪਾਂ ਗੱਲ ਕਰੀਏ ਵੀ ਆਪਾਂ ਜਿਹੜੀ ਹੈਗੀ ਆ ਇੱਕ ਕਿਸਮਾਂ ਦੀ ਚੋਣ ਤੇ ਬਜਾਈ ਦਾ ਸਮਾਂ ਕਿਸਮਾਂ ਦੀ ਚੋਣ ਕਿਸਾਨ ਵੀਰੋ ਜਿਵੇਂ ਕਿ ਪੰਜਾਬ ਸਰਕਾਰ ਵੱਲੋਂ ਹੁਣ ਤੁਹਾਨੂੰ ਪਤਾ ਹੀ ਹੈ ਵੀ ਜਿਹੜਾ ਹੈਗਾ ਪਰਾਲੀ ਸਾੜਨ ਤੇ ਕਾਫੀ ਪਿਛਲੇ ਸਾਲ ਤੋਂ ਸਖਤੀ ਕੀਤੀ ਜਾ ਰਹੀ ਹੈ ਇਹਦੇ ਲਈ ਮੇਰੇ ਵੱਲੋਂ ਤੇ ਯੂਨੀਵਰਸਿਟੀ ਵੱਲੋਂ ਵੀ ਬੇਨਤੀ ਹੈ ਵੀ ਕਿਸਾਨ ਵੀਰੋ ਆਪਾਂ ਜਿਹੜੀਆਂ ਹੈਗੀਆਂ ਛੋਟੀਆਂ ਜਿਹੜੀਆਂ ਥੋੜਾ ਟਾਈਮ ਲੈਣ ਵਾਲੀਆਂ ਕਿਸਮਾਂ ਬੀਜੀਏ ਤਾਂ ਕਿ ਆਪਾਂ ਨੂੰ ਪ੍ਰੋਪਰ ਟਾਈਮ ਮਿਲ ਜੇ ਜਦੋਂ ਆਪਾਂ ਝੋਨਾ ਵੜੀਏ ਤੇ ਜਾਂ ਕਹਿ ਲਈਏ ਚੋਨਾ ਵੜਾਈਏ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਕਣਕ ਬੀਜਣੀ ਹੈ ਉਹ ਚ ਆਪਾਂ ਨੂੰ ਪ੍ਰੋਪਰ ਟਾਈਮ ਮਿਲ ਜੇ ਤਾਂ ਕਿ ਆਪਾਂ ਨੂੰ ਜਿਹੜੀ ਹੈਗੀ ਹੈ ਅੱਗ ਲਾਉਣ ਦੀ ਲੋੜ ਨਾ ਪਵੇ ਸੋ ਇਹਦੇ ਲਈ ਆਪਾਂ ਜਿਹੜੀਆਂ ਹੈਗੀਆਂ ਥੋੜਾ ਟਾਈਮ ਲੈਣ ਵਾਲੀਆਂ ਕਿਸਮਾਂ ਬੀਜਣੀਆਂ ਇਹਦੇ ਨਾਲ ਕਿਸਾਨ ਵੀਰੋ ਆਪਣਾ ਜਿਹੜਾ ਹੈਗਾ 15 ਤੋਂ 25% ਤਾਂ ਜਿਹੜਾ ਪਾਣੀ ਦੀ ਬਚਤ ਹੁੰਦੀ ਹੈ ਜੇਕਰ ਆਪਾਂ ਥੋੜਾ ਟਾਈਮ ਲੈਣ ਵਾਲੀਆਂ ਜਿਹੜੀਆਂ ਕਿਸਮਾਂ ਬੀਜਦੇ ਆ ਤੇ ਗੱਲ ਕਰੀਏ ਆਪਣਾ ਜਿਹੜੀਆਂ ਆਪਣਾ ਸਪਰੇਅਾਂ ਦਾ ਖਰਚਾ ਉਹ ਵੀ 25 ਤੋਂ 40% ਵੱਜਦਾ ਹੈ ਤੇ ਕਈ ਮੇਰੇ ਕਿਸਾਨ ਵੀਰ ਪੁੱਛਣਗੇ ਵੀ ਜੇਕਰ ਆਪਾਂ ਪੀਲੀਊਸ ਡੋਗਰ ਪੂਸਾ ਜਾਂ ਪੂਸਾ 44 ਬੀਜ ਦੇ ਹੁਣਾਂ ਝਾੜ ਵੱਧ ਹੁੰਦਾ ਤੇ ਉਹਨਾਂ ਲਈ ਬੇਨਤੀ ਇਹ ਹੈ ਜੇਕਰ ਆਪਾਂ ప్రతి ਦਿਨ ਦਾ ਕਿਸਾਨ ਵੀਰੋ ਆਪਾਂ ਲਾ ਕੇ ਚੱਲੀਏ ਖਰਚਾ ਪਾਣੀ ਦਾ ਆਪਣਾ ਮਿਹਨਤ ਲਾ ਲਓ ਜਾਂ ਲੇਬਰ ਦਾ ਲਾ ਲਓ ਕੋਈ ਵੀ ਕੋਈ ਸਪਰੇਅ ਕਰਨੀ ਪੈ ਲੈਂਦੀ ਹੈ ਉਹਦਾ ਲਾ ਲਓ ਤੇ ਉਹਦੇ ਚ ਆਪਾਂ ਨੂੰ ਕੀ ਹੈ ਇਹ ਐਂਡ ਤੇ ਆਪਾਂ ਲਾਵਾਂਗੇ ਤਾਂ ਜਿਹੜੀ ਆਪਾਂ ਥੋੜੇ ਟਾਈਮ ਵਾਲੀ ਕਿਸਮ ਲਾਉਨੇ ਆ ਉਹਦੇ ਚ ਆਪਾਂ ਨੂੰ ਜਿਹੜਾ ਹੈਗਾ ਝਾੜਪਣਾ ਪੀ.ਐਲ.ਯੂ ਸ਼ਾਇਡ ਡੋਗਰੂ ਸ਼ਨੋਂ ਘਟਦੋ ਪਰ ਆਪਣਾ ਜਿਹੜਾ ਖਰਚਾ ਘਟੂ ਜੇਕਰ ਆਪਾਂ ਬਾਣੀਆਂ ਦੇ ਹਿਸਾਬ ਤੇ ਸੋਚੀਏ ਸੋ ਇਹ ਮੇਰੀ ਬੇਨਤੀ ਹੈ ਵੀ ਆਪਾਂ ਜਿਹੜੀ ਹੈਗੀਆਂ ਥੋੜਾ ਟਾਈਮ ਲੈ ਲੈਣੀਆਂ ਜਿਹੜੀਆਂ ਹੈਗੀਆਂ ਕਿਸਮਾਂ ਲਾਈਏ ਜਿਵੇਂ ਕਿ 126 ਪਿਛਲੇ ਸਾਲ ਬਹੁਤ ਵਧੀਆ ਝੜੀ ਹੈ ਕਈ ਕਿਸਾਨਾਂ ਦੇ ਆਪਾਂ 90 ਤੋਂ 95 ਮਣ ਤੱਕ ਕਈਆਂ ਨੇ ਦੱਸਿਆ ਵੀ ਆਪਣੇ ਜਿਹੜੇ ਪ੍ਰਤੀ ਕਿੱਲੇ ਦੇ ਹਿਸਾਬ ਨਾਲ ਉਹਨਾਂ ਨੂੰ ਮਿਲਿਆ ਹੁਣ ਗੱਲ ਕਰੀਏ ਕਿਸਾਨ ਵੀਰੋ ਵੀ ਆਪਾਂ ਕਿਹੜੀ ਕਿਸਮ ਦੀ ਬਿਜਾਈ ਕਰੋ ਕਰਨੀ ਹੈ ਤੇ ਕਦੋਂ ਉਹਦਾ ਜਿਹੜਾ ਹੈਗਾ ਆਪਾਂ ਪਨੀਰੀ ਪੱਟ ਕੇ ਲਾ ਸਕਦੇ ਆ ਤਾਂ ਗੱਲ ਕਰੀਏ ਜਿਹੜੀਆਂ ਕਿਸਮਾਂ ਹੈਗੀਆਂ PR131 129 128 122 121 113 114 ਇਹਨਾਂ ਦਾ ਜਿਹੜਾ ਬਿਜਾਈ ਦਾ ਸਮਾਂ ਆਪਾਂ 20 ਤੋਂ 25 ਮਈ ਜਿਹੜਾ ਹੈਗਾ ਖੇਤੀਬਾੜੀ ਯੂਨੀਵਰਸਿਟੀ ਨੇ ਨਿਰਧਾਰਤ ਕੀਤਾ ਹੈ ਜੇਕਰ ਇਹਦੀ ਪਨੀਰੀ ਆਪਾਂ ਖੇਤ ਚ ਪੱਟ ਕੇ ਲਾਉਣੀ ਹੈ ਤਾਂ ਯੂਨੀਵਰਸਿਟੀ ਕਹਿੰਦੀ ਹੈ ਵੀ 30 ਤੋਂ 35 ਦਿਨ ਦੀ ਜਿਹੜੀ ਹੈਗੀ ਆ ਆਪਾਂ ਪਨੀਰੀ ਜਿਹੜੀ ਹੈ ਦੀ ਖੇਤ ਚ ਪੱਟ ਕੇ ਲਾ ਸਕਦੇ ਆ ਤੇ ਜੇਕਰ ਮੇਰੇ ਵੀਰ ਜਿਹੜੇ 126 ਬੀਜਣੀਆਂ ਆ ਉਹਨਾਂ ਲਈ ਯੂਨੀਵਰਸਿਟੀ ਕਹਿੰਦੀ ਹੈ ਵੀ 25 ਮਈ ਤੋਂ 20 ਜੂਨ ਤੱਕ ਜਿਹੜੀ ਹੈਗੀ ਇਹ ਆਪਾਂ ਬੀਜਣੀਆਂ ਤੇ ਜਿਹੜੀ ਇਹਦੀ ਪਨੀਰੀ ਹੈਗੀ ਹੈ ਉਹ 30 ਤੋਂ 35 ਦੀ ਜਗ੍ਹਾ ਆਪਾਂ 25 ਤੋਂ 30 ਦਿਨ ਦੇ ਵਿੱਚ ਕਰਾ ਲਾਉਣੀ ਹੈ ਜੇਕਰ ਇਹ ਤੋਂ ਲੇਟ ਕਰਦੇ ਆ ਤਾਂ ਜਿਹੜਾ ਹੈਗਾ ਆਪਾਂ ਨੂੰ 126 ਦਾ ਜਿਹੜਾ ਸਹੀ ਝਾੜ ਉਹ ਨਹੀਂ ਮਿਲਣਾ ਹੁਣ ਗੱਲ ਕਰੀਏ ਕਿਸਾਨ ਵੀ ਰੂਹੀ ਆਪਣਾ ਖੇਤ ਦੀ ਤਿਆਰੀ ਖੇਤ ਦੀ ਤਿਆਰੀ ਤੋਂ ਪਹਿਲਾਂ ਆਪਾਂ ਜੇਕਰ 12 ਤੋਂ 25 ਟਨ ਰੂੜੀ ਪਾ ਲਈਏ ਤਾਂ ਆਪਣੀ ਜਿਹੜੀ ਹੈਗੀ ਹੈ ਪਨੀਰੀ ਬਹੁਤ ਵਧੀਆ ਜਾਂ ਕਹਿ ਲਈਏ ਵੀ ਤੰਦਰੁਸਤ ਜਾਂ ਕਹਿ ਲਈਏ ਸਾਰੇ ਉਹਨੂੰ ਜਿਹੜੇ ਹੈਗੇ ਤਤ ਮਿਲ ਜਾਣਗੇ ਪਰੰਤੂ ਫਿਰ ਵੀ ਜੇਕਰ ਆਪਾਂ ਨੂੰ ਘਾਟ ਆਉਂਦੀ ਹੈਗੀ ਹੈ ਉਹਦੇ ਚ ਦੋ ਘਾਟਾਂ ਆ ਸਕਦੀਆਂ ਇੱਕ ਤਾਂ ਲੋਹੇ ਦੀ ਘਾਟ ਆਉਂਦੀ ਹੈਗੀ ਹੈ ਦੂਜੀ ਹੁੰਦੀ ਹੈ ਜ਼ਿੰਕ ਦੀ ਲੋਹੇ ਦੀ ਘਾਟ ਦੀ ਆਪਾਂ ਪਛਾਣ ਇਸ ਹਿਸਾਬ ਨਾਲ ਕਰਦੇ ਹਾਂ ਜਿਹੜੇ ਹੈਗੇ ਪਨੀਰੀ ਦੇ ਨਵੇਂ ਪੱਤੇ ਆਪਾਂ ਨੂੰ ਪੀਲੇ ਪੈਣ ਲੱਗੇ ਹਨ ਪਨੀਰੀ ਦੇ ਨਵੇਂ ਪੱਤੇ ਉਹ ਪੀਲੇ ਵੀ ਕਿਵੇਂ ਪੈਣਗੇ ਵੀ ਉਹ ਪੀਲੇ ਇੰਟਰਵਿਨਲ ਕਲੋਰੋਸਿਸ ਹੋਊਗੀ ਉਹਦੇ ਕਹਿਣ ਦਾ ਮਤਲਬ ਵੀ ਜਿਹੜੀ ਹੈਗੀਆਂ ਕਹਿ ਲਈਏ ਜਿਹੜੇ ਪੱਤੇ ਦੀਆਂ ਨਾੜਾਂ ਦੇ ਵਿਚਕਾਰਲਾ ਹਿੱਸਾ ਹੌਲੀ-ਹੌਲੀ ਪੀਲਾ ਪੈਣਾ ਸ਼ੁਰੂ ਹੁੰਦਾ ਤੇ ਬਾਅਦ ਜਿਹੜਾ ਸਾਰਾ ਪੱਤਾ ਜਿਹੜਾ ਪੀਲਾ ਪੈਣਾ ਸ਼ੁਰੂ ਹੋ ਜਾਂਦਾ ਜੇਕਰ ਇਹ ਜਆ ਆਪਾਂ ਨੂੰ ਕੋਈ ਕਹ ਲਈ ਸਿੰਪਟਮ ਦਿਖਦਾ ਤਾਂ ਸਮਝ ਲਓ ਲੋਹੇ ਦੀ ਘਾਟ ਹੈ ਉਥੇ ਆਪਾਂ ਕਿਸਾਨ ਵੀਰੋ 0.5 ਤੋਂ ਲੈ ਕੇ 1% ਤੱਕ ਫੈਰਸ ਸਲਫੇਟ ਦੀ ਜਿਹੜੀ ਹੈ ਸਪਰੇਅ ਕਰ ਸਕਦੇ ਆ ਜਾਂ ਆਪਾਂ ਕਹ ਲਈ ਅੱਧੇ ਤੋਂ 1 ਕਿਲੋ ਫੈਰਸ ਸਲਵੇਟ 100 ਲੀਟਰ ਪਾਣੀ ਚ ਪਾ ਕੇ ਜੇਕਰ ਆਪਾਂ ਉਹਦੀਆਂ 2-3 ਸਪਰੇਆਂ ਕਰਦੇ ਆ ਤਾਂ ਜਿਹੜੀਆਂ ਆਪਣੀ ਪਨੀਰੀ ਹੈਗੀ ਹੈ ਲੋਹੇ ਘਾਟ ਤੋਂ ਜਿਹੜੀ ਹੈਗੀ ਨਿਜਾਤ ਪਾ ਲੂਗੀ ਤੇ ਦੂਜੀ ਕਈ ਵਾਰ ਘਾਟ ਆਉਂਦੀ ਹੈ ਇਹਦੇ ਚ ਜ਼ਿੰਕ ਦੀ ਜ਼ਿੰਕ ਦੀ ਨਿਸ਼ਾਨੀ ਕਿਸਾਨ ਵੀਰੋ ਇਹ ਹੈ ਵੀ ਜਿਹੜੇ ਆਪਣੇ ਪੱਤੇ ਐ ਨਾ ਜੰਗਾਲੇ ਜੀ ਜਾਣ ਲੱਗ ਜਾਂਦੇ ਆ ਕਹਿ ਲਈਏ ਵੀ ਸੈਡਾਂ ਤੋਂ ਪੂਰੇ ਜੇ ਹੋਣ ਲੱਗ ਜਾਂਦੇ ਆ ਜੇਕਰ ਇਹ ਜੀ ਦਿੱਕਤ ਆਉਂਦੀ ਹੈ ਕਿਸੇ ਦੀ ਪੋਣੀ ਦੀ ਤਾਂ ਸਮਝ ਲਓ ਜ਼ਿੰਕ ਦੀ ਘਾਟ ਹੈਗੀ ਐ ਉੱਥੇ ਆਪਾਂ ਜ਼ਿੰਕ ਸਲਫੇਟ 21% ਆਪਾਂ ਅੱਧਾ ਕਿਲੋ ਪਾ ਸਕਦੇ ਆ ਜੇਕਰ ਕਿਸੇ ਨੇ 33% ਪਾਉਣੀ ਹੈ ਤਾਂ 300 ਗ੍ਰਾਮ 100 ਲੀਟਰ ਪਾਣੀ ਚ ਪਾ ਕੇ ਜਿਹੜੀ ਐ ਸਪਰੇਅ ਕਰਾਂਗੇ ਤਾਂ ਆਪਾਂ ਨੂੰ ਜਿਹੜੀ ਹੈਗੀ ਐ ਜ਼ਿੰਕ ਦੀ ਘਾਟ ਤੋਂ ਆਪਾਂ ਨਿਯਾਤ ਪਾਵਾਂਗੇ ਤੇ ਹੁਣ ਜਿਹੜਾ ਹੈਗਾ ਗੱਲ ਕਰੀਏ ਵੀ ਜਿਹੜੀ ਬੀਜ ਦੀ ਸੋਧ ਕਿਵੇਂ ਕਰਨੀ ਹੈ ਉਹਦੇ ਲਈ ਆਪਾਂ ਪਹਿਲਾਂ ਤਾਂ ਇਹ ਕਰਨਾ ਹੈ ਕਿਸਾਨ ਵੀਰੋ ਜਿਹੜਾ ਵੀ ਬੀਜ ਹੈਗਾ ਪਾਉਣੀ ਪਤਾ ਵੀ ਜੇਕਰ 8 ਕਿਲੋ ਆਪਾਂ ਕਿਲੇ हिसाब ਨਾਲ ਬੀ ਪਾਉਨੇ ਆ ਉਹਨੂੰ ਆਪਾਂ ਕੀ ਕਰਨਾ ਟੱਬ ਜਾਂ ਬਾਲਟੀ 'ਚ ਆਪਾਂ ਪਿਉਣ ਲੈਣਾ ਜਿਹੜਾ ਵੀ ਨਿਗਰ ਵੀ ਹੈ ਜਾਂ ਭਾਰਾ ਵੀ ਹੈ ਉਹ ਥੱਲੇ ਬਹਿ ਜਾਊਗਾ ਤੇ ਜਿਹੜਾ ਹੈਗਾ ਹਲਕਾ ਵੀ ਹੈ ਉੱਪਰ ਆ ਜਾਊਗਾ ਜਿਹੜਾ ਹਲਕਾ ਆ ਗਿਆ ਉਹਨੂੰ ਆਪਾਂ ਇੱਕ ਸਾਈਡ ਤੋਂ ਕੱਢ ਕੇ ਛੱਡ ਦੇਣਾ ਉਸ ਤੋਂ ਬਾਅਦ ਉਹਨੂੰ ਸੋਧਣ ਲਈ ਆਪਾਂ 3 ਗ੍ਰਾਮ ਸਪਰਿੰਟ 75 WS ਜਿਹੜੀ ਯੂਨੀਵਰਸਿਟੀ ਵੱਲੋਂ ਰეკਮੈਂਡਡ ਹੈ ਉਹਦੇ ਚ ਸਾਲਟ ਹੈਗਾ ਮੈਨਕੋਜੈਬ ਤੇ ਕਾਰਬੈਂਡਾਜਿਮ ਇਹ 1 ਕਿਲੋ ਬੀਜ ਲਈ ਆਪਾਂ ਜਿਹੜਾ ਹੈਗਾ ਇਹਦੇ ਨਾਲ 3 ਗ੍ਰਾਮ ਨਾਲ 1 ਕਿਲੋ ਬੀਜ ਜਿਹੜਾ ਹੈਗਾ ਸੋਧਣਾ ਹੈਗਾ ਇਹਦੇ ਨਾਲ ਸੋਧਨ ਤੋਂ ਬਾਅਦ ਜਿਹੜਾ ਹੈਗਾ ਕਿਸਾਨ ਵੀਰੋ ਆਪਾਂ ਤੁਹਾਨੂੰ ਪਤਾ ਹੀ ਹੈ ਵੀ ਜਿਹੜਾ 8 ਕਿਲੋ ਬੀਜ ਹੈਗਾ 1.5 ਮਰਲਿਆਂ ਚ ਯਾਨੀ ਕਹ ਲਈਏ 160 ਵਰਗ ਮੀਟਰ ਚ ਜਿਹੜਾ ਹੈਗਾ ਛੱਟਾ ਮਾਰ ਕੇ ਖਿਲਾਰ ਕੇ ਉਨੂੰ ਆਪਾਂ ਪਾ ਦੇਣਾ ਤਾਂ ਕਿ ਜਿਹੜੀ ਆਪਣੀ ਜਿਹੜੀ ਹੈਗੀ ਹੈ ਪਨੀਰੀ ਹੈ ਸਹੀ ਹੋ ਗਏ ਸਕੇ ਤੇ ਉਸ ਤੋਂ ਬਾਅਦ ਆਪਾਂ ਜਿਹੜੀ ਗੱਲ ਕਰੀਏ ਜੇਕਰ ਖਾਦਾਂ ਖਰਾਕ ਦੀ ਵੀ ਆਪਾਂ ਜਿਹੜੀ ਪਨੀਰੀ ਨੂੰ ਖਾਦ ਖਰਾਕ ਕੀ ਦੇਣੀ ਹੈ ਇਹਦੇ ਜੇਕਰ ਆਪਾਂ ਯੂਰੀਏ ਦੀ ਗੱਲ ਕਰੀਏ ਤਾਂ ਆਪਾਂ 26 ਕਿਲੋ ਪਨੀਰੀ ਦੀ ਬਜਾਈ ਦੇ ਸਮੇਂ ਯਾਨੀ ਕਿ ਕਹਿ ਲਈਏ ਵੀ ਕਦੂ ਤੋਂ ਪਹਿਲਾਂ ਤੇ 26 ਕਿਲੋ ਬਜਾਈ ਤੋਂ ਆਪਾਂ 15 ਦਿਨ ਬਾਅਦ ਜਿਹੜੀ ਹੈਗਾ ਆਪਾਂ ਪਾਉਣੀ ਹੈਗੀ ਹੈ ਤੇ ਜੇ ਕਿਤੇ ਆਪਾਂ ਨੂੰ ਲੋੜ ਸਿੰਗਲ ਸੁਪਰ ਫਾਸਫੇਟ ਦੀ ਪੈਂਦੀ ਹੈ ਵੀ ਕਹ ਲਈਏ ਵੀ ਜਿੱਥੇ ਆਪਣੇ ਘਾਟ ਹੈਗੀ ਹੈ ਫਾਸਫੋਰਸ ਦੀ ਆਈ ਹੈ ਉੱਥੇ ਆਪਾਂ 60 ਕਿਲੋ ਬਜਾਈ ਦੇ ਸਮੇਂ ਸਿੰਗਲ ਸੁਪਰ ਫਾਸਫੇਟ ਪਾ ਸਕਦੇ ਹਾਂ ਤੇ ਜ਼ਿੰਕ ਦੀ ਪਿਛਲੇ ਜਿੱਥੇ ਸਮਿਆਂ ਚ ਆਉਂਦੀ ਰਹੀ ਹੈਗੀ ਹੈ ਉੱਥੇ ਆਪਾਂ 40 ਕਿਲੋ ਜ਼ਿੰਕ ਬਜਾਈ ਸਮੇਂ ਪਾ ਸਕਦੇ ਹਾਂ 21% ਜੇਕਰ ਕਿਸੇ ਨੇ 33% ਪਾਉਣੀ ਹੈ ਤਾਂ ਉਹ ਆਪਾਂ 25.5 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਪਾ ਸਕਦੇ ਹਾਂ ਸੋਖ ਸਾਨ ਵੀਰੋ ਇਹ ਸੀ ਮੇਰੀ ਬੇਨਤੀ ਜੇਕਰ ਵੀਡੀਓ ਚੰਗੀ ਲੱਗੀ ਤਾਂ ਕਿਰਪਾ ਕਰਕੇ ਸ਼ੇਅਰ ਜ਼ਰੂਰ ਕਰ ਦਿਓ ਜੀ ਧੰਨਵਾਦ